ਜਹਾਜ਼ ਦੇ ਨਾਲ ਹੀ ਜਾ ਕੇ ਜੁੜਦਾ ਨਾਲ ਕੰਮ ਕਰਦਾ ਮਰੂ ਨਾਮ ਇਸ ਲਈ ਵਾਰ ਵਾਰ ਲਈ ਜਾਂਦਾ ਤਾਂ ਕਿ ਉਹਦਾ ਸੰਬੰਧ ਜਿਹੜਾ ਜੋੜਿਆ ਜਾ ਸਕੇ ਪਰ ਇਸ ਬਿਲਡਿੰਗ ਦਾ ਕੀ ਇਤਿਹਾਸ ਆ ਕਿਉਂਕਿ ਇੱਥੇ ਵੀ ਇੱਕ ਜਹਾਜ਼ ਬਣਿਆ ਹੋਇਆ ਹੁਣ ਇਹ ਜਹਾਜ਼ ਕਿਹੜਾ ਬਣਿਆ ਕਦੋਂ ਬਣਿਆ ਕਿਸ ਮਕਸਦ ਨਾਲ ਬਣਿਆ ਤਾਂ ਸਭ ਇਹਦੇ ਪਿੱਛੇ ਦੀ ਕੀ ਕਹਾਣੀ ਹੈ ਜੀ ਦਰਅਸਲ ਵੈਨਕੂਵਰ ਦੇ ਵਿੱਚ ਗੁਰੂ ਨਾਨਕ ਜਹਾਜ਼ ਵਾਪਸ ਮੋੜਨ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਰੋਲ ਸੀ ਉਹ ਫੈਡਰਲ ਡੋਮੀਨੀਅਨ ਸਰਕਾਰ ਕੈਨੇਡਾ ਦਾ ਸੀ ਸਿਟੀ ਵੈਨਕੂਵਰ ਹੀ ਉਹਨਾਂ ਦੇ ਨਾਲ ਜੁੜਿਆ ਸੀ ਅਤੇ ਉਹਨਾਂ ਦੇ ਵਿੱਚੋਂ ਉਹਨਾਂ ਦਾ MP ਸੀ ਉਹਦਾ ਨਾਂ ਸੀ ਹੈਰੀ ਸਟੀਵਨ ਓਕੇ ਸਟੀਵਨ ਉਹ ਬੰਦਾ ਸੀ ਜਿਹੜਾ ਇੱਕ ਨਸਲਵਾਦੀ ਸੀ ਜਿਸਨੇ ਕਿ ਮਿਥ ਕੇ ਇੱਥੇ ਵੱਸਦੇ ਜਿਹੜੇ ਸਿੱਖ ਸਨ ਸਾਂਝੇ ਪੰਜਾਬ ਦੇ ਵਸਨੀਕ ਸਨ ਉਹਨਾਂ ਨੂੰ ਨਸਲਵਾਦੀ ਢੰਗ ਦੇ ਨਾਲ ਵਾਪਸ ਮੋੜਨ ਦੇ ਵਿੱਚ ਭੂਮਿਕਾ ਨਿਭਾਈ ਇਹ ਜਿਹੜੀ ਸਾਰੀ ਬਿਲਡਿੰਗ ਹੈ ਜਿਸ ਨੂੰ ਅਸੀਂ ਦੇਖਦੇ ਹਾਂ ਇਹ ਬਿਲਡਿੰਗ ਦਾ ਨਾਂ ਹੈਰੀ ਸਟੀਵਨ ਫੈਡਰਲ ਬਿਲਡਿੰਗ ਸੀ ਤੁਸੀਂ ਦੇਖੋ ਕਿ ਇਸ ਨਸਲਵਾਦੀ ਵਿਅਕਤੀ ਜਿਹਨੇ ਇਹ ਧੱਕਾ ਕੀਤਾ ਇਹ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਨਾਲ ਇੰਨਾ ਵਿਤਕਰਾ ਹੋਇਆ ਜਾਂ ਕੈਨੇਡਾ ਦੇ ਇਤਿਹਾਸ 'ਤੇ ਕਲੰਕ ਸੀ ਸੋ ਜਦੋਂ ਭਾਈਚਾਰੇ ਅੰਦਰ ਜਾਗਰੂਕਤਾ ਆਈ ਸਰਕਾਰ 'ਤੇ ਜ਼ੋਰ ਪਾਇਆ ਅਤੇ ਕੈਨੇਡਾ ਦੀ ਇਸ ਫੈਡਰਲ ਬਿਲਡਿੰਗ ਦਾ ਨਾਂ ਜਿਹੜਾ ਸੀ ਹੈਰੀ ਸਟੀਵਨ ਉਹ ਨਾਂ ਹਟਾ ਦਿੱਤਾ ਗਿਆ ਹੈਰੀ ਸਟੀਵਨ ਦਾ ਅਤੇ ਇਸੇ ਹੀ ਜਗ੍ਹਾ ਆਹ ਜਿਹੜਾ ਵੱਡਾ ਅਕਾਰੀ ਇਹ ਜਿਹੜਾ ਚਿੱਤਰ ਹੈ ਬਕਾਇਦਾ ਪੇਂਟਿੰਗ ਤਿਆਰ ਕੀਤੀ ਗਈ ਜਿਹੜੀ ਕਿ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੀ ਤਸਵੀਰ ਬਿਆਨ ਕਰਦੀ ਹੈ ਜਿਸ ਤਰ੍ਹਾਂ ਤੁਸੀਂ ਉੱਤੋਂ ਦੇਖੋ ਪਾਣੀਆਂ ਦੇ ਛੱਲਾਂ ਦਰਿਆ ਦੇ ਸਮੁੰਦਰ ਦੇ ਵਿੱਚ ਜਹਾਜ਼ ਜਹਾਜ਼ ਦੇ ਵਿੱਚ ਗੁਰਦੁਆਰਾ ਗੁਰਦੁਆਰੇ ਦੇ ਵਿੱਚ ਜਿਹੜੀ ਸਾਰੀ ਬਣਤਰ ਹੈ ਇਸ ਨੂੰ ਤਿਆਰ ਕੀਤਾ ਕੀਰਤ ਕੌਰ ਨਾਂ ਦੀ ਕੈਨੇਡੀਅਨ ਜਿਹੜੀ ਹੈ ਸਿੱਖ ਲੜਕੀ ਨੇ ਅਤੇ ਹੋਰਨਾਂ ਨੇ ਆਪਣਾ ਸਹਿਯੋਗ ਦਿੱਤਾ ਸੰਸਥਾਵਾਂ ਨੇ ਸੋ ਇਹ ਜਿਹੜੀ ਚੀਜ਼ ਹੈ ਇਹ ਇੱਕ ਬੜਾ ਵਧੀਆ ਇਹਦੇ ਨਾਲ ਹੀ ਉਹ ਪਿੱਛੇ ਜਾ ਕੇ ਕੁਝ ਇੱਕ ਇਸ ਤਰ੍ਹਾਂ ਦਾ ਲਿੰਕ ਜੋੜਿਆ ਗਿਆ ਕਿ ਇੱਥੋਂ ਦੇ ਮੂਲ ਨਿਵਾਸੀ ਇੰਡੀਜਨਸ ਲੋਕ ਜਿਨ੍ਹਾਂ ਨਾਲ ਸਾਡੀ ਸਾਂਝ ਸੀ ਉਹ ਕਿਵੇਂ ਜਦੋਂ ਕੈਨੇਡਾ ਸਰਕਾਰ ਇਹ ਮੁਸਾਫਰ ਭੁੱਖਣ ਭਾਣੇ ਇੱਥੋਂ ਮੋੜਨ ਲਈ ਤਿਆਰ ਸੀ ਬਿਮਾਰ ਨੇ ਕੁਛ ਨਹੀਂ ਮਿਲ ਰਿਹਾ ਉਹ ਚੋਰੀ ਛੁਪੇ ਇਹਨਾਂ ਨੂੰ ਖਾਣਾ ਪਹੁੰਚਾ ਰਹੇ ਸਨ ਉਹ ਤਸਵੀਰ ਇੱਕ ਸਾਂਝ ਪਹੁੰਚਾਉਂਦੇ ਵੀ ਰਹੇ ਆ ਇਹ ਸਾਂਝ ਹੈ ਇੱਕ ਪੀੜਤ ਦੀ ਦੂਜੇ ਪੀੜਤ ਦੇ ਨਾਲ ਸਾਂਝ ਪਰ ਇਸ ਚਿੱਤਰ ਨੂੰ ਦੇਖ ਕੇ ਮਨ ਜਿੱਥੇ ਖੁਸ਼ ਹੁੰਦਾ ਉੱਥੇ ਇੱਕ ਕੁਝ ਸਵਾਲ ਨੇ ਕਿ ਇਤਿਹਾਸ ਨੂੰ ਕਈ ਵਾਰ ਅਸੀਂ ਪੂਰੀ ਤਰ੍ਹਾਂ ਨਾ ਸਮਝਦਿਆਂ ਹੋਏ ਹਾਂ ਜਾਣੇ ਅਣਜਾਣੇ 'ਚ ਕੁਝ ਹੋਰ ਗਲਤੀਆਂ ਕਰ ਜਾਂਦੇ ਹਾਂ ਇਸ ਦੇ ਵਿੱਚ ਜਿਹੜਾ ਗੁਰਦੁਆਰਾ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਗੁਰੂ ਨਾਨਕ ਜਹਾਜ਼ ਦੇ ਵਿੱਚ ਬਕਾਇਦਾ ਗੁਰਦੁਆਰਾ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਜਿੱਥੇ ਨਿਸ਼ਾਨ ਸਾਹਿਬ ਜੋ ਇੱਥੇ ਦਿਖਾਇਆ ਗਿਆ ਜੋ ਦਿਖਾਇਆ ਗਿਆ ਇਹ ਗੁਰਦੁਆਰਾ ਸਰੂਪ ਕਦੇ ਵੀ ਇਸ ਤਰ੍ਹਾਂ ਨਜ਼ਰ ਨਹੀਂ ਆਉਂਦਾ ਕੋਈ ਇਸ ਤੋਂ ਦਿਸ ਨਹੀਂ ਰਿਹਾ ਕਿ ਇਹ ਗੁਰਦੁਆਰਾ ਹੈ ਕਹਿਣ ਨੂੰ ਅਸੀਂ ਕਿਉਂਕਿ ਸਾਨੂੰ ਪਤਾ ਇਸ ਕਰਕੇ ਸੁਨੇਹਾ ਜਾਂਦਾ ਗੁਰਦੁਆਰੇ ਦਾ ਆਕਾਰ ਵੱਖਰਾ ਹੁੰਦਾ ਫਿਰ ਉੱਥੇ ਨਿਸ਼ਾਨ ਸਾਹਿਬ ਸੀ ਇੱਥੇ ਬੇਸ਼ੱਕ ਇੱਕ ਚੰਗੀ ਗੱਲ ਹੈ ਕਿ ਜਿਹੜੇ ਮੁਸਲਿਮ ਭਾਈਚਾਰੇ ਦੇ ਇਹ ਜਿਹੜਾ ਚੰਦਰਮਾ ਦੇ ਸਾਈਨ ਨੂੰ ਇੱਕ ਝੰਡੇ ਦੇ ਤੌਰ 'ਤੇ ਇਸੇ ਤਰ੍ਹਾਂ ਜਿਹੜਾ ਭਗਵੇਂ ਰੂਪ ਦੇ ਵਿੱਚ ਜਿਹੜਾ ਹਿੰਦੂ ਭਾਈਚਾਰੇ ਦੇ ਜਿਹੜੇ ਮੁਸਾਫਰ 12 ਸਨ ਮੁਸਲਮਾਨ ਭਾਈਚਾਰੇ ਦੇ 24 ਮੁਸਾਫਰ ਸਨ ਇਹ ਪੇਸ਼ ਕਰ ਦਿੱਤਾ ਪਰ ਉਸ ਜਹਾਜ਼ 'ਤੇ ਤਾਂ ਨਿਸ਼ਾਨ ਸਾਹਿਬ ਸੀ ਜਿਹੜਾ ਝੂਲ ਰਿਹਾ ਸੀ ਅਸਲ ਦੇ ਵਿੱਚ ਗੁਰਦੁਆਰਾ ਸਾਹਿਬ ਅਤੇ ਨਿਸ਼ਾਨ ਸਾਹਿਬ ਕੀ ਮਜਬੂਰੀ ਹੈ ਕਿ ਅਸੀਂ ਜਾਣ ਬੁੱਝ ਕੇ ਇਤਿਹਾਸ ਤੋਂ ਸਨਮੁੱਖ ਹੋਣ ਦੀ ਥਾਂ 'ਤੇ ਬੇਮੁੱਖ ਹੋ ਰਹੇ ਹਾਂ ਇਹ ਜਹਾਜ਼ ਦੇ ਮੁਸਾਫਰਾਂ ਦੇ ਅੰਦਰ 340 ਗਿਣਤੀ ਸਿੱਖਾਂ ਦੀ ਸੀ ਬਾਕੀ ਵੀ ਪ੍ਰੇਮ ਨਾਲ ਅਣਵੰਡੇ ਅਤੇ ਸਾਂਝੇ ਪੰਜਾਬ ਦੇ ਸਨ ਸੋ ਇਸ ਦੇ ਵਿੱਚੋਂ ਉਹ ਚੀਜ਼ ਮਿਸਿੰਗ ਹੈ ਇੱਕ ਗੱਲ ਹੋਰ ਮੈਂ ਮਹਿਸੂਸ ਕਰਦਾ ਕਿ ਜਿਸ ਤਰ੍ਹਾਂ ਦਾ ਇਹ ਆਕਾਰ ਹੈ ਇਸ ਤੋਂ ਇਹ ਨਜ਼ਰ ਪੂਰਾ ਨਹੀਂ ਆ ਰਿਹਾ ਕਿ ਇਹ ਦਾਸਤਾਨ ਗੁਰੂ ਨਾਨਕ ਜਹਾਜ਼ ਦੀ ਹੈ ਇੱਥੇ ਕਿਤੇ ਵੀ ਗੁਰੂ ਨਾਨਕ ਜਹਾਜ਼ ਸ਼ਬਦ ਨਹੀਂ ਲਿਖਿਆ ਗਿਆ ਇਹ ਬਿਲਕੁਲ ਇਤਿਹਾਸ ਨੂੰ ਅੱਖੋਂ ਪਰੋਖੇ ਕਰਨ ਦੀ ਗੱਲ ਹੈ ਜਿਵੇਂ ਕਿ ਤੁਸੀਂ ਵੈਨਕੂਵਰ ਦੇ ਵਿੱਚ ਕੈਨੇਡਾ ਪਲੇਸ ਦੇ ਨਾਂ ਨੂੰ ਜਿਵੇਂ ਬਦਲ ਕੇ ਜਾਂ ਦੂਜਾ ਨਾਂ ਸੈਕੰਡਰੀ ਕਾਮਾਗਾਟਾ ਮਾਰੂ ਪਲੇਸ ਗੁਰੂ ਨਾਨਕ ਜਹਾਜ਼ 1914 ਰੱਖਿਆ ਗਿਆ ਮੈਂ ਸਮਝਦਾ ਕਿ ਇਸ ਬਿਲਡਿੰਗ ਨੂੰ ਜਿੱਥੇ ਕੈਨੇਡਾ ਦੀ ਸਰਕਾਰ ਨੇ ਨਾਂ ਬਦਲਿਆ ਹਟਾਇਆ ਨਾਂ ਸਟੀਵਨ ਦਾ ਉੱਥੇ ਇਹਦੇ ਵਿੱਚ ਸੁਧਾਰ ਕੀਤਾ ਜਾਏ ਪਰ ਇੱਕ ਗੱਲ ਹੈ ਕਿ ਇਹੋ ਜਿਹੀਆਂ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਦੇ ਧਿਆਨ 'ਚ ਹੋਣ ਸਾਡੇ ਲੋਕ ਆਉਣ ਇੱਥੇ ਦੇਖਣ ਮੂਲ ਵਾਸੀਆਂ ਦੀ ਆਪਣਿਆਂ ਦੀ ਦਾਸਤਾਨ ਕਿ ਕਿੰਨੀਆਂ ਦੁਸ਼ਵਾਰੀਆਂ ਦੇ ਬਾਅਦ ਇਹ ਲੋਕਾਂ ਨੇ ਇਹ ਹੱਕ ਲਏ ਨੇ ਸਲਿਊਟ ਹੈ ਜਿਹੜੇ ਇਸ ਉਪਰਾਲੇ ਦੇ ਵਿੱਚ ਸ਼ਾਮਿਲ